ਜਦੋਂ ਪੜ੍ਹਾਂ ਦਰੂਦ ਮਸਾਵਾਂ 'ਚੋਂ ਸਰਕਾਰ ਦੀ ਖੁਸ਼ਬੂ ਆਉਂਦੀ ਹੈ। ਖੈਰ ਹੋਵੇ। ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ। ਅਲੈਕੁਮ ਨਾਜ਼ਰੀਨ, ਸੌਫਟ ਟਾਕ ਟੀਵੀ ਕੇ ਸਾਥ ਆਪਕਾ ਮੇਜ਼ਬਾਨ ਅਮਰ ਬਿਸ਼ਰਤ ਆਪਕੀ ਖਿਦਮਤ ਮੇਂ ਹਾਜ਼ਰ ਹੂੰ। ਨਾਜ਼ਰੀਨ, ਮੇਰੇ ਸਾਥ ਇਸ ਵਕਤ ਮੌਜੂਦ ਹੈ ਕਵਾਲੀ ਕੀ ਦੁਨੀਆ ਕੇ ਬਹੁਤ ਬੜਾ ਨਾਮ ਜਨਾਬ ਆਰਿਫ ਰੋਜ਼ ਖਾਨ ਸਾਹਿਬ, ਆਈ ਐਨ ਸੀ ਕਰਤੇ ਹੈਂ। ਬਾਜੀ, ਅਸਲਾਮ ਅਲੈਕੁਮ। ਵਾਲੇਕੁਮ ਸਲਾਮ। ਖਾਨ ਸਾਹਿਬ ਕੈਸੇ ਹੈਂ? ਠੀਕ ਹੈ ਅਲਹਮਦੁਲਿਲਾਹ। ਮਾਸ਼ਾਅੱਲਾ, ਕਾਫੀ ਵਾਇਰਲ ਹੈ ਆਪਕੇ ਕਲਾਮ ਅੱਜ ਕੱਲ੍ਹ। ਆਪਣੇ ਫੈਨ ਕੋ ਕਿਆ ਪੈਗਾਮ ਦੇਣਾ ਚਾਹੇਂਗੇ ਸਟਾਰਟਿੰਗ ਮੇਂ? ਬਸ ਦਰੂਦ ਪੜ੍ਹੋ, ਮਾਂ ਪਿਓ ਦਾ ਹਿਆ ਕਰੋ। ਆਪਕੀ ਜੋ ਕਵਾਲੀਆਂ ਉਨਮੇਂ ਪਾਕੋਂ ਕਾ ਜ਼ਿਕਰ ਹੋਤਾ ਹੈ, ਨਬੀ ਪਾਕ ਸੱਲ ਵਸਲਮ ਕਾ ਜ਼ਿਕਰ ਹੋਤਾ ਹੈ, ਬਾਕੀ ਕੋ ਜੋ ਕਵਾਲ ਹੈ ਡਿਫਰੈਂਟ ਹੈ ਥੋੜ੍ਹੇ, ਗਾਣੇ ਵਗੈਰਾ ਸਭ ਮਿਕਸ ਹੈ? ਸਭ ਠੀਕ ਹੈ, ਸਾਰੇ ਠੀਕ ਹੈ। ਆਪਕਾ ਕੋ ਫੇਵਰੇਟ ਜੋ ਕਵਾਲੀ ਹੈ ਉਹ ਮੈਂ ਨਾਜ਼ਰੀਨ ਕੋ ਥੋੜ੍ਹੀ ਸੀ ਸੁਣਾ ਦੇਣਾ। ਜਦੋਂ ਪੜ੍ਹਾਂ ਦਰੂਦ ਮਸਾਵਾਂ 'ਚੋਂ ਸਰਕਾਰ ਦੀ ਖੁਸ਼ਬੂ ਆਉਂਦੀ ਹੈ। ਖੈਰ ਹੋਵੇ। ਆਪਕਾ ਇੱਕ ਕਲਾਮ ਬੜਾ ਵਾਇਰਲ ਹੋਇਆ ਥਾ, ਗਦਾਏ ਮੁਸਤਫਾ ਹੂੰ ਮੈਂ, ਠੀਕ ਹੈ। ਇਸਕੇ ਇਲਾਵਾ ਵੀ ਆਪਣੇ ਕਾਫੀ ਜ਼ਿਆਦਾ ਕਵਾਲੀਆਂ ਪੜ੍ਹੀਆਂ, ਬਹੁਤ ਜ਼ਿਆਦਾ ਕਵਾਲ ਐਸੇ ਹੈ ਜੋ ਕਾਪੀ ਕਰਦੇ ਹੈ, ਉਨਕੇ ਲਈ ਕੋਈ ਪੈਗਾਮ? ਹਾਂ ਠੀਕ ਹੈ, ਉਹਨਾਂ ਨੂੰ ਚਾਹੀਦਾ ਹੈ ਕਾਪੀ ਕਰੋ ਅਤੇ ਰਿਕਾਰਡ ਨਾ ਕਰ, ਮਤਲਬ ਕਿ ਸਟੂਡੀਓ ਮੈਂ ਜਾ ਕੇ ਰਿਕਾਰਡ ਨਾ ਕਰੇ ਵੈਸੇ। ਠੀਕ ਹੈ, ਉਹ ਸਾਰੇ ਪੜ੍ਹੋ। ਕੋਈ ਚੰਦ ਕਵਾਲ ਆ ਪਾਕਿਸਤਾਨ ਕੋ, ਉਨਕੇ ਨਾਮ ਲੈਂਦੇ ਹਾਂ, ਉਨਕੇ ਬਾਰੇ ਮੈਂ ਆਪਕੀ ਕਿਆ ਰਾਏ ਹੈ? ਸਾਰੇ ਚੰਗੇ ਨੇ, ਮਾੜਾ ਕੋਈ ਵੀ ਨਹੀਂ। ਜੀ ਤੋ ਨਾਜ਼ਰੀਨ, ਅਮਰ ਸਾਹਿਬ ਮੌਜੂਦ ਥੇ, ਆਰਿਫ ਰੋਜ਼ ਖਾਨ ਸਾਹਿਬ, ਇਨਕੇ ਸਾਥ ਗੁਫਤਗੂ ਕੀ ਹੈ, ਬੜਾ ਅੱਛਾ ਲੱਗਾ ਇਨਕੇ ਸਾਥ ਮੁਲਾਕਾਤ ਕਰਕੇ, ਸ਼ੁਕਰੀਆ ਜੀ ਆਪਨੇ ਮਸਰੂਫ ਵਕਤ ਮੇਂ। ਅੱਲਾਹ ਹਾਫਿਜ਼।